ਸ਼੍ਰੀਆਕਾਲ ਅਸੀਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਨੇਵਾਲ ਦੇ 8ਵੀਂ ਜਮਾਤ ਦੇ ਵਿਦਿਆਰਥੀ ਹਾਂ। ਅੱਜ ਅਸੀਂ ਸਾਡੀ 8ਵੀਂ ਜਮਾਤ ਦੀ ਪਾਠ ਪੁਸਤਕ ਦੀ ਇਕਾਂਗੀ ਪੇਸ਼ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਵੱਡੇ ਭੈਣ ਜੀ। ਇੱਕ ਸਾਫ ਸੁਥਰਾ ਕਮਰਾ ਜਿਸ ਵਿੱਚ ਸੋਨੂੰ ਬੈਠਾ ਖੇਡ ਰਿਹਾ ਹੁੰਦਾ ਹੈ ਅਤੇ ਵਿਦਿਆ ਆਉਂਦੀ ਹੈ। ਬੇਟਾ ਸੋਨੂੰ ਕਦੇ ਪੜ੍ਹ ਵੀ ਲਿਆ ਕਰ, ਸਾਰਾ ਦਿਨ ਖੇਡਦਾ ਰਹਿੰਦਾ ਹੈ। ਅੱਜ ਕੀ ਹੋਮਵਰਕ ਮਿਲਿਆ ਤੈਨੂੰ? ਕੀ ਦਿੱਤਾ ਤੇਰੀ ਭੈਣ ਜੀ ਨੇ? ਮੰਮੀ ਬਾਕੀ ਤਾਂ ਸਾਰਾ ਕੰਮ ਕਰ ਲਿਆ, ਬਸ ਤੁਸੀਂ ਪਹਾੜਾ ਯਾਦ ਕਰਵਾ ਦਿਓ। ਅੱਜ ਕਿਹੜਾ ਪਹਾੜਾ ਹੈ? 8 ਦਾ। 2 ਤੋਂ 7 ਤੱਕ ਦਾ ਹੋ ਗਿਆ? ਹਾਂਜੀ। ਚਲ ਪਹਿਲਾਂ 7 ਦਾ ਸੁਣਾ। 1 7 7 ਆ, 2 7 14, 3 7 21, 4 7 32। ਬੇਟੇ 4 7 32 ਨਹੀਂ, 4 7 28 ਹੁੰਦਾ। ਚਲ ਜਾ ਲਤਾ ਨੂੰ ਬੁਲਾ ਲਿਆ, ਗੁਆਂਢੀਆਂ ਕੋਲ ਸਵਾਲ ਕੱਢਣ ਗਈ ਸੀ, ਉੱਥੇ ਹੀ ਬਹਿ ਗਈ ਆ, ਉਹ ਤੈਨੂੰ ਯਾਦ ਕਰਾ ਦੇਗੀ। ਸੋਨੂੰ ਜਾਂਦਾ ਹੈ ਪਰ ਉਹ ਵੀ ਉੱਥੇ ਹੀ ਬੈਠ ਜਾਂਦਾ ਹੈ। ਕੁਝ ਚਿਰ ਪਿੱਛੋਂ ਵਿਦਿਆ ਉੱਚੀ ਉੱਚੀ ਆਵਾਜ਼ਾਂ ਮਾਰਦੀ ਹੈ, ਲਤਾ ਨੀ ਲਤਾ, ਤੁਹਾਡੇ ਡੈਡੀ ਆ ਗਏ ਨੇ। ਦੋਵੇਂ ਬੱਚੇ ਆ ਜਾਂਦੇ ਹਨ। ਮੰਮੀ ਕਿੱਥੇ ਹਨ? ਡੈਡੀ ਮੰਮੀ ਕਿੱਥੇ ਹਨ? ਡੈਡੀ ਡੈਡੀ ਆਏ ਨਹੀਂ, ਤੁਸੀਂ ਦੋਨੇ ਜਾ ਕੇ ਉੱਧਰ ਬਹਿ ਗਏ ਹੋ। ਤੁਹਾਨੂੰ ਪਤਾ ਨਾ, ਤੁਹਾਡੇ ਪਿਤਾ ਜੀ ਜਾ ਨਹੀਂ ਦਿੰਦੇ ਉੱਧਰ। ਆਏ ਨਹੀਂ ਹੁੰਦੇ ਤੁਹਾਡੇ ਡੈਡੀ? ਮੰਮੀ ਇਹ ਸਵਾਲ ਨਹੀਂ ਸੀ ਕਰਦੀ, ਚੁੰਨੀਆਂ ਜੋੜ ਕੇ ਸਾੜੀ ਬੰਨੀ ਹੋਈ ਸੀ, ਪਿੱਛੇ ਜੂੜਾ ਕਰਿਆ ਹੋਇਆ ਸੀ। ਵੇਖੋ ਹੁਣ ਮੂੰਹ ਤੋਂ ਕੀ ਆਈ ਹੈ, ਭੈਣ ਜੀ ਬਣੀ ਬੈਠੀ ਸੀ। ਲਗਾ ਤਾਂ ਭੈਣ ਜੀ ਬਣੀ ਸੀਗੀ, ਮੈਂ ਫੜ ਕੇ ਖੇਡਣ ਲੱਗੀ ਸੀ। ਭੈਣ ਜੀ ਬਣਨਾ ਕੋਈ ਬੁਰੀ ਗੱਲ ਤਾਂ ਨਹੀਂ, ਭੈਣ ਜੀ ਹੀ ਬਣੀ ਸੀ। ਬੇਟਾ ਹਾਲੇ ਤਾਂ ਬੱਚੀ ਆ, ਤੂੰ ਪੜ੍ਹ ਲੈ ਪਹਿਲਾਂ, ਮੈਂ ਤੈਨੂੰ ਸੱਚੀ ਮੁੱਚੀ ਦੀ ਭੈਣ ਜੀ ਬਣਾ ਦੂੰ, ਠੀਕ ਆ? ਪਹਿਲਾਂ ਮੇਰਾ ਵੀ ਚਾਅ ਸੀਗਾ ਭੈਣ ਜੀ ਬਣਨ ਦਾ, ਪਰ ਮੈਂ ਤਾਂ ਬਣ ਨਹੀਂ ਸਕੀ, ਪਰ ਮੈਂ ਤੈਨੂੰ ਪੜ੍ਹਾ ਪੜ੍ਹੂ ਕੇ ਭੈਣ ਜੀ ਬਣਾ ਦੂੰ, ਠੀਕ ਆ? ਚੋਰੀ ਨਹੀਂ ਕਰਦੇ ਜਾਂ ਝੂਠ ਨਹੀਂ ਬੋਲਦੇ, ਠੀਕ ਹੈ? ਇੱਕ ਵਧੀਆ ਭੈਣ ਜੀ। ਤੁਸੀਂ ਤਾਂ ਝੂਠ ਬੋਲਿਆ, ਡੈਡੀ ਤਾਂ ਆਏ ਨਹੀਂ। ਡੈਡੀ ਆਉਣ ਵਾਲੇ ਨੇ, ਤੁਹਾਨੂੰ ਪਤਾ ਨਾ ਤੁਹਾਡੇ ਡੈਡੀ ਉੱਧਰ ਜਾਣ ਨਹੀਂ ਦਿੰਦੇ ਤੁਹਾਨੂੰ, ਤਾਂ ਮੈਂ ਤੁਹਾਨੂੰ ਪਹਿਲਾਂ ਹੀ ਬੁਲਾ ਲਿਆ ਕਿ ਤੁਹਾਨੂੰ ਬੋਲਣ ਨਾ। ਦੱਸੋ ਤਾਂ ਸਹੀ, ਕਿਹੋ ਜਿਹੀ ਭੈਣ ਜੀ ਬਣਾਉਂਗੇ? ਇੱਕਦਮ ਪੜ੍ਹੀ ਲਿਖੀ ਭੈਣ ਜੀ ਜੋ ਹਮੇਸ਼ਾ ਸੱਚ ਬੋਲੋਗੇ ਅਤੇ ਦੂਜਿਆਂ ਨੂੰ ਸਿਖਾਓਗੇ ਕਿ ਕਦੇ ਝੂਠ ਨਹੀਂ ਬੋਲਦੇ, ਠੀਕ ਹੈ? ਤੈਨੂੰ ਪਤਾ ਹੈ ਸਾਡੀ ਭੈਣ ਜੀ ਦਾ ਜੂੜਾ ਕਿੱਡਾ ਹੁੰਦਾ ਹੈ, ਐਡਾ ਤੂੰ ਉਹੋ ਜਿਹੀ ਭੈਣ ਜੀ ਨਹੀਂ ਬਣ ਸਕੇਂਗੀ। ਸਾਡੀ ਭੈਣ ਜੀ ਦੀ ਸਾੜੀ ਤੁਹਾਡੇ ਭੈਣ ਜੀ ਦੀ ਸਾੜੀ ਨਾਲ ਜ਼ਿਆਦਾ ਸੋਹਣੀ ਹੁੰਦੀ ਹੈ। ਬੇਟੇ ਸਾੜੀ ਦਾ ਨਹੀਂ ਹੁੰਦਾ, ਹੁੰਦਾ ਕਿ ਕੌਣ ਵਧੀਆ ਪੜ੍ਹਾਉਂਦਾ ਹੈ। ਤੁਸੀਂ ਦੱਸੋ ਕੌਣ ਵਧੀਆ ਪੜ੍ਹਾਉਂਦਾ ਹੈ? ਮੈਂ ਤਾਂ ਤੈਨੂੰ ਕਿਹਾ ਜੀ ਭੈਣ ਜੀ ਬਣਾਓ ਜੋ ਸਾਰਿਆਂ ਤੋਂ ਵਧੀਆ ਪੜ੍ਹਾਊਗੀ, ਠੀਕ ਹੈ?